ਇਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 71% ਕੈਨੇਡੀਅਨ ਕਾਮੇ ਇਸ ਸਾਲ ਆਪਣੀਆਂ ਨੌਕਰੀਆਂ ਛੱਡਣਾ ਚਾਹੁੰਦੇ ਨੇ ਤੇ ਬਿਹਤਰ ਮੌਕਿਆਂ ਦੀ ਤਲਾਸ਼ ਕਰਨਾ ਚਾਹੁੰਦੇ ਨੇ। ਭਰਤੀ ਫਰਮ ਮੁਹੇਜ਼ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰੋਜ਼ਗਾਰਦਾਤਾ ਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਕਿਉਂਕਿ ਹੋਰ ਵੀ ਲੋਕ ਜਿਹੜੇ ਉਹ ਕਹਿੰਦੇ ਨੇ ਕਿ ਜੇਕਰ ਆਰਥਿਕਤਾ ਤੇ ਬੇਰੋਜ਼ਗਾਰੀ ਦਰ ਦੇ ਵਿੱਚ ਸੁਧਾਰ ਹੁੰਦਾ ਹੈ ਤਾਂ ਉਹ ਨਵੀਂ ਨੌਕਰੀ ਲੱਭਣਾ ਸ਼ੁਰੂ ਕਰ ਦੇਣਗੇ। ਮੁਹੇਜ਼ ਦਾ ਕਹਿਣਾ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨ ਕਰਮਚਾਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਤਣਾਅ ਮਹਿਸੂਸ ਕਰਦੇ ਨੇ ਤੇ ਲਗਭਗ ਅੱਧੇ ਕਾਮੇ ਲੇਬਰ ਰਿਪੋਰਟ ਨਹੀਂ ਹੈ ਇਸ ਦਾ ਕਹਿਣਾ ਹੈ ਕਿ ਚਿੰਤਾਜਨਕ ਸਰਵੇਖਣ ਨੇ ਤਨਖਾਹ ਭੂਮਿਕਾਵਾਂ ਤੇ ਲਾਭਾਂ ਨੂੰ ਲੈ ਕੇ ਕਰਮਚਾਰੀਆਂ ਦੇ ਵਿੱਚ ਵੱਧ ਰਹੀ ਅਸੰਤੁਸ਼ਟੀ ਦਾ ਖੁਲਾਸਾ ਕੀਤਾ ਹੈ ਉਹ ਕਹਿੰਦੇ ਨੇ ਕਿ ਰੋਜ਼ਗਾਰ ਦਾ ਤਾਂ মুদ্রਸਫੀਤੀ ਤੋਂ ਪਿੱਛੇ ਰਹਿ ਜਾਣ ਵਾਲੀਆਂ ਤਨਖਾਹਾਂ ਤੋਂ ਤਾਂਗਾ ਕੇ ਨਿਰਾਸ਼ ਤੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਤੇ ਪ੍ਰੇਰਿਤ ਕਰਨ ਲਈ ਸੰਘਰਸ਼ ਕਰ ਰਹੇ ਨੇ ਇਸ ਐਸਆਈ ਵੀ ਕਹਿਣਾ ਹੈ ਕਿ ਕਾਮਿਆਂ ਨੂੰ ਕੋਈ ਜਿਹੜਾ ਰੁੱਝੇ ਰਹਿਣ ਦੇ ਲਈ ਇੱਕ ਵੱਧ ਵਾਅਦੇ ਦੇ ਵੀ ਲੋੜ ਹੁੰਦੀ ਹੈ ਉਹ ਹੋਰ ਲਾਭ ਤੇ ਪ੍ਰੋਤਸਾਹਨ ਵੀ ਚਾਹੁੰਦੇ ਨੇ ਜਿਵੇਂ ਕਿ ਵਕੇਸ਼ਨਜ਼ ਵਕੇਸ਼ਨ ਡੇਜ਼ ਵੀ ਉਹਨਾਂ ਨੂੰ ਚਾਹੀਦੇ ਨੇ ਪ੍ਰੋਫੈਸ਼ਨਲ ਡਿਵੈਲਪਮੈਂਟ ਵੀ ਚਾਹੀਦੀ ਹੈ ਤੇ ਪ੍ਰੋਮੋਸ਼ਨ ਵੀ ਕਈ ਸਾਲਾਂ ਤੱਕ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦਾ ਮਨੋਰੰਜਨ ਕਰਨ ਤੋਂ ਬਾਅਦ ਕੈਨੇਡਾ ਦਾ 에어ਲਾਈਨ ਮਾਰਕੀਟ ਇੱਕ ਵਾਰ ਫਿਰ ਮਜ਼ਬੂਤੀ ਦੀ ਰਾਹਤ ਹੈ ਮਈ ਤੋਂ ਘੱਟ ਕੀਮਤ ਵਾਲੇ ਕੈਰੀਅਰਸ ਸੂਪ ਤੇ ਲਿੰਕਸ 에ਅਰ ਅਸਮਾਨ ਤੋਂ ਗਾਇਬ ਹੋ ਗਏ ਨੇ ਤੇ ਵੈਸਟ ਚੈਟ ਨੇ ਸਨਵਿੰਗ 에ਅਰਲਾਈਨਸ ਨੂੰ ਸ਼ਾਮਿਲ ਕੀਤਾ ਹੈ ਹਵਾਵਾਜ਼ੀ ਡਾਟਾ ਫਰਮ ਸੀਰੀਅਮ ਦੇ ਅੰਕੜੇ ਦਰਸਾਉਂਦੇ ਨੇ ਕਿ 에ਅਰ ਕੈਨੇਡਾ ਤੇ ਵੈਸਟ ਚੈਟ ਨੇ ਇਸ ਮਹੀਨੇ ਤੱਕ ਕਰੇਲੂ ਆਵਾਜਾਈ ਦੇ ਵਿੱਚ 79% ਦੀ ਜਿਹੜੀ ਹੈ ਉਹ ਕਮਾਂਡ ਕੀਤੀ ਹੈ ਇਸ ਦੌਰਾਨ ਇੱਕ ਵਿਸ਼ਾਲ ਘੱਟਬਾਦੀ ਵਾਲੇ ਪਗੋਲ ਦੀ ਪੁਰਾਣੀ ਸਮੱਸਿਆ ਕੈਨੇਡਾ ਦੇ ਵਿੱਚ ਸਾਰੇ ਕੈਰੀਅਰਾਂ ਦੇ ਲਈ ਬਿਲਖਨ ਚੁਣੌਤੀਆਂ ਪੈਦਾ ਕਰਦਾ ਹੈ ਪਰ ਖਾਸ ਤੌਰ ਤੇ ਜਿਹੜੇ ਲੋਕ ਜ਼ਮੀਨ ਤੋਂ ਉਤਰਨ ਦੇ ਲਈ ਸੰਘਰਸ਼ ਕਰ ਰਹੇ ਨੇ ਕਈ ਸਾਲਾਂ ਤੱਕ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦਾ ਮਨੋਰੰਜਨ ਕਰਨ ਤੋਂ ਬਾਅਦ ਕੈਨੇਡਾ ਦਾ 에어ਲਾਈਨ ਮਾਰਕੀਟ ਇੱਕ ਵਾਰ ਫਿਰ ਮਜ਼ਬੂਤੀ ਦਿਰਾਤੇ ਹੈ ਉੱਚ ਕਿਰਾਏ ਤੇ ਘੱਟ ਉਡਾਨਾਂ ਵਿਕਲਪਾਂ ਦੀ ਸੰਭਾਵਨਾ ਨੂੰ ਵਧਾਉਂਦੇ ਨੇ ਮਈ ਤੋਂ ਨਵੇਂ ਘੱਟ ਕੀਮਤ ਵਾਲੇ ਕੈਰੀਅਰਸ ਸਵੋਪ ਤੇ ਲਿੰਕਸ 에ਅਰ ਤੋਂ ਗਾਇਬ ਹੋ ਗਏ ਨੇ ਤੇ ਵੈਸਟਜੈਟ ਤੇ ਸੰਵਿੰਗ 에ਅਰਲਾਈਨਸ ਨੂੰ ਸ਼ਾਮਿਲ ਕੀਤਾ ਹੈ ਕੰਪੀਟੀਸ਼ਨ ਬਿਊਰੋ ਦੀ ਅਕਤੂਬਰ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ ਡਾਇਰੈਕਟਰ ਫਲਾਈਟ ਡਾਇਰੈਕਟ ਫਲਾਈਟਸ ਹਨ ਅ ਡੈਸਟੀਨੇਸ਼ਨ ਦੇ ਲਈ ਸਨ ਸਨ ਡੈਸਟੀਨੇਸ਼ਨ ਦੇ ਲਈ ਸਿੱਧੀਆਂ ਉਡਾਨਾਂ ਤੇ ਇਕੱਲੇ ਵਾਦੇ ਵਾਲੇ 2 ਨੇ 37% ਦੀ ਸੀਟਾਂ ਦੀ ਸਮਰਥਾ ਬਣਾਈ ਸੀ। ਉਹਨਾਂ ਕਹੇ ਕਿ ਵੈਸਟਰਨ ਤੇ ਸਨਵਿੰਗ ਵਿਚਾਰ ਦੁਸ਼ਮਣੀ ਨੂੰ ਖਤਮ ਕਰਨ ਦੇ ਨਾਲ ਛੁੱਟੀਆਂ ਦੇ ਪੈਕੇਜਾਂ ਦੀ ਵਿਕਰੀ ਤੇ ਹਾਲੇ-ਦੁਆਲੇ ਮੁਕਾਬਲੇ ਨੂੰ ਦਬਾ ਦਿੱਤਾ ਜਾਏਗਾ। ਕੁਝ ਮਾਹਰ ਚੇਤਾਵਨੀ ਦਿੰਦੇ ਨੇ ਕਿ ਸੰਗੜ ਰਹੀ 에ਅਰਲਾਈਨ ਦੀ ਗਿਣਤੀ ਦਾ ਮਤਲਬ ਘੱਟ ਸੇਵਾ ਤੇ ਉੱਚ ਕੀਮਤਾਂ ਹੋ ਸਕਦੀਆਂ ਨੇ ਖਾਸ ਤੌਰ ਤੇ ਪੱਛਮੀ ਤੇ ਦੇਸ਼ਪੜ ਦੇ ਛੋਟੇ ਬਾਜ਼ਾਰਾਂ ਵਿੱਚ। ਉਹ ਹਵਾਈ ਅੱਡੇ ਦੇ ਕਿਰਾਏ, ਸੁਰੱਖਿਆ ਫੀਸਾਂ ਤੇ ਇੰਦਨ ਟੈਕਸ ਉਡਾਉਣ ਦੀ ਇਸ ਬੇਸਲਾਈਨ ਲਾਗਤ ਨੂੰ ਵਧਾਉਂਦੇ ਨੇ ਜਿਸ ਨਾਲ ਬਜਟ 에ਅਰਲਾਈਨਾਂ ਲਈ ਬਜਟ ਪ੍ਰਤੀ ਸੁਚੇਤ ਕੈਨੇਡੀਆਨਾ ਨੂੰ ਜਹਾਜ਼ ਵਿੱਚ ਸ਼ਾਮਿਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਯੂਨੀਵਰਸਿਟੀ ਆਫ ਮੈਨੀਟੋਬਾ ਟ੍ਰਾਂਸਪੋਰਟ ਇੰਸਟੀਚਿਊਟ ਦੇ ਡਾਇਰੈਕਟਰ ਬੈਰੀ ਨੇ ਕਿਹਾ ਹੈ ਕਿ ਉੱਚ ਫੀਸਾਂ ਨਿਸ਼ਚਿਤ ਤੌਰ ਤੇ ਛੂਟ ਵਾਲੇ ਕੈਰੀਅਰਾਂ ਲਈ ਇਸ ਨੂੰ ਹੋਰ ਚੁਣੌਤੀਪੂਰਨ ਬਣਾਉਂਦੀਆਂ ਨੇ ਕੁਝ ਵਿਅਗਿਆਕ ਖਿਡਾਰੀ ਦਲੀਲ ਦਿੰਦੇ ਨੇ ਕਿ 에ਅਰ ਕੈਨੇਡਾ ਤੇ ਵੈਸਟਜੈਟ ਦੁਆਰਾ ਮਾਰਕੀਟ ਦਾ ਦਹਾਕਿਆਂ ਲੰਬਾ ਦਬਦਬਾ ਵੀ ਮੁਕਾਬਲੇ ਨੂੰ ਰੋਕ ਸਕਦਾ ਹੈ ਹਵਾਵਾਜ਼ੀ ਡੇਟਾ ਫਾਰਮ ਸੀਰੀਅਮ ਦੇ ਆਂਕੜੇ ਦਰ ਨੇ ਇਸ ਮਹੀਨੇ ਤੱਕ ਘਰੇਲੂ ਆਵਾਜਾਈ ਵਿੱਚ 79 ਫੀਸਦੀ ਦੀ ਕਮਾਂਡ ਕੀਤੀ ਹੈ ਬਨਾਮ ਇੱਕ ਸਾਲ ਪਹਿਲਾਂ ਇਹ 74% ਸੀ ਫਲੇਅਰ 에ਅਰਲਾਈਨਸ ਦੇ ਸੀਈਓ ਨੇ ਕਿਹਾ ਹੈ ਕਿ ਡੋਪੋਲੀ ਦਾ ਕੁਦਰਤੀ ਵਿਵਹਾਰ ਛੋਟੇ ਖਿਡਾਰੀਆਂ ਤੋਂ ਕੀਮਤ ਨੂੰ ਨਿਚੋੜਨ ਲਈ ਆਪਣੀ ਸ਼ਕਤੀ ਦੀ ਵਰਤੋਂ ਕਰਨਾ ਹੈ। ਉਹਨਾਂ ਦਾਵਾ ਕੀਤਾ ਹੈ ਕਿ ਘੱਟ ਲਾਗਤ ਵਾਲੇ ਕੈਰੀਅਰਾਂ ਦੇ ਸਫਲ ਹੋਣ ਵਿੱਚ ਕੈਰੀਅਰਾਂ ਦੀ ਕੋਈ ਦਿਲਚਸਪੀ ਨਹੀਂ ਹੈ ਤੇ ਉਹ ਲਿੰਕਸ ਵਰਗੇ ਕੈਰੀਅਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਤੇ ਲਈ ਆਨਲਾਈ ਟੂਲ ਕਿਟ ਵਿੱਚ ਮਿਲੇ ਸਾਧਨਾਂ ਦੀ ਵਰਤੋਂ ਕਰਨਗੇ। 2018 ਦੇ ਅਖੀਰ ਵਿੱਚ ਕੰਪੀਟੀਸ਼ਨ ਬਿਊਰੋ ਨੇ ਵੈਸਟ ਜੈਟ ਤੇ ਇਸ ਦੀ ਤਤਕਾਲੀ ਸਹਾਇਕ ਕੰਪਨੀ ਸਵੂਪ ਦੁਆਰਾ ਫਲੇਅਰ ਦੁਆਰਾ ਉਡਾਏਗੇ ਕੁਝ ਰੂਟਾਂ ਤੇ ਕਥੀ ਵਰਤੇ ਤਨਤ ਕੀਮਤਾਂ ਦੀਆਂ ਚਾਲਾਂ ਦੀ ਜਾਣ ਸ਼ੁਰੂ ਕੀਤੀ ਜਿਸ ਨੇ ਪਿਛਲੇ ਸਾਲ ਲਾਂਚ ਕੀਤਾ ਸੀ ਰੈਗੂਲਰ ਤੇ ਲਗਭਗ 5 ਸਾਲਾਂ ਬਾਅਦ ਬਿਨਾਂ ਕੋਈ ਕਦਮ ਚੁੱਕ ਕੇ ਇਸ ਦੀ ਜਾਂਚ ਨੂੰ ਖਤਮ ਕਰ ਦਿੱਤਾ ਇਹ ਫੈਸਲਾ ਉਸ ਸਮੇਂ ਦੇ ਅੰਤਰੀਮ ਪ੍ਰਤੀਯੋਗਤਾ ਕਮਿਸ਼ਨਰ ਮੈਥਿਊ ਬੌਸਵੈਲ ਨੇ 2018 ਵਿੱਚ ਵੈਸਟਰਡ ਤੇ ਸੂਪ ਉੱਤੇ ਉਹਨਾਂ ਦੀ ਯਾਤਰੀ ਟਿਕਟਾਂ ਦੀਆਂ ਕੀਮਤਾਂ ਨੂੰ ਇੱਕ ਪੱਧਰ ਤੱਕ ਘਟਾ ਕੇ ਵੱਧ ਕੀਮਤਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਜੋ ਉਹਨਾਂ ਦੀ ਟਾਲਣ ਯੋਗ ਲਾਗਤ ਤੋਂ ਘੱਟ ਜਾਪਦਾ ਹੈ ਲਿੰਕਸ ਜਿਸ ਨੇ 9 ਅਪ੍ਰੈਲ 2022 ਵਿੱਚ ਆਪਣੀ ਪਹਿਲੀ ਉਡਾਨ ਸ਼ੁਰੂ ਕੀਤੀ ਸੀ ਤੇ ਪਿਛਲੇ ਮਹੀਨੇ ਬੰਦ ਹੋ ਗਈ ਸੀ ਨੇ ਅਦਾਲਤ ਵਿੱਚ ਫਲਾਈਂਗ ਵਿੱਚ ਕਿਹਾ ਹੈ ਕਿ ਵੱਧ ਦੀਆਂ ਲਾਗਤਾਂ ਹਵਾਈ ਅੱਡਿਆਂ ਦੇ ਖਰਚੇ ਤੇ ਇੱਕ ਪ੍ਰਤੀਯੋਗੀ ਹਵਾਬਾਜ਼ੀ ਲੈਂਡਸਕੇਪ ਕਾਫੀ ਮਾਲੀਆ ਪੈਦਾ ਕਰਨ ਲਈ ਵਿਨਾਸ਼ਕਾਰੀ ਸਾਬਤ ਹੋਏ ਨੇ ਹੋਰ ਕਾਰਨ ਕੈਨੇਡਾ ਦੇ ਹਵਾਬਾਜ਼ੀ ਸਕਾਈ ਸਕੀਪ ਨੂੰ ਮਜ਼ਬੂਤ ਕਰਨ ਦੀ ਬਜਾਏ ਵਿਸਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਲਈ ਚੁਣੌਤੀ ਬਣਾਉਂਦੇ ਨੇ ਵੱਡੇ ਸ਼ਹਿਰਾਂ ਵਿੱਚ ਜਿਹੜੇ ਸੈਕੰਡਰੀ ਹਵਾਈ ਅੱਡਿਆਂ ਦੀ ਘਾਟ ਵੀ ਛੋਟੀਆਂ 에ਅਰਲਾਈਨਾਂ ਨੂੰ ਟੋਰਾਂਟੋ ਦੇ ਪੀਅਰਸਨ ਤੇ ਮੌਂਟਰੀਅਲ ਦੇ ਟਰੂਡੋ ਹਵਾਈ ਅੱਡਿਆਂ ਤੇ ਉੱਚ ਕੀਮਤਾਂ ਵਾਲੇ ਸਟਾਲਾਂ ਲਈ ਬੋਲੀ ਦੇਣ ਲਈ ਮਜਬੂਰ ਕਰ ਸਕਦੀ ਹੈ ਐਗਜ਼ੈਕਟਿਵਜ਼ ਨੇ ਲੰਬੇ ਸਮੇਂ ਤੋਂ ਗੇਟ ਤੇ ਲੈਂਡਿੰਗ ਫੀਸਾਂ ਦੇ ਨਾਲ ਨਾਲ ਫੈਡਰਲ ਏਜੰਸੀ ਦੇ ਖਰਚੇ ਜਿਵੇਂ ਕਿ ਸੁਰੱਖਿਆ ਸਕਰੀਨਿੰਗ ਤੇ 에ਅਰ ਨੈਵੀਗੇਸ਼ਨ ਤੇ 에ਅਰ ਵਸੂਲੀ ਗਈ ਰਕਮ ਬਾਰੇ ਸ਼ਿਕਾਇਤ ਕੀਤੀ ਹੈ ਇਸ ਦੌਰਾਨ ਇੱਕ ਵਿਸ਼ਾਲ ਕਟਾਬਾਦੀ ਵਾਲੇ ਪਗੋਲ ਦੀ ਪੁਰਾਣੀ ਸਮੱਸਿਆ ਕੈਨੇਡਾ ਵਿੱਚ ਸਾਰੇ ਕੈਰੀਅਰਾਂ ਲਈ ਵਿਲੱਖਣ ਚੁਣੌਤੀਆਂ ਪੈਦਾ ਕਰਦੀ ਹੈ ਪਰ ਖਾਸ ਤੌਰ ਤੇ ਜਿਹੜੇ ਲੋਕ ਜ਼ਮੀਨ ਤੋਂ ਉਤਰਨ ਲਈ ਸੰਘਰਸ਼ ਕਰ ਰਹੇ ਨੇ ਅਮਰੀਕਾ ਵਿੱਚ ਸਾਊਥ-ਵੈਸਟ reliance se jet blue ਵਰਗੇ ਪੁਰਾਣੇ ਡਿਸਕਾਊਂਟ ਕੈਰੀਅਰਾਂ ਨੇ ਮੁਕਾਬਲਤਨ ਛੋਟੀਆਂ ਦੂਰੀਆਂ ਤੇ ਵੱਡੇ ਸ਼ਹਿਰਾਂ ਤੇ ਬਾਜ਼ਾਰਾਂ ਵਿਚਕਾਰ ਪੁਆਇੰਟ ਟੂ ਪੁਆਇੰਟ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ ਤੀਜਾ ਪ੍ਰਤੀ ਦਿਨ ਕਈ ਜਾਂਚ ਕਰਤਾਵਾਂ ਤੇ ਘੱਟ ਇੰਦਨ ਲਾਗਤਾਂ ਦੇ ਨਾਲ ਹਰੇਕ ਜਹਾਜ਼ ਤੋਂ ਵਧੇਰੇ ਆਮਦਨ ਨੂੰ ਨਿਚੋੜਦਾ ਹੈ ਗਾਹਕ ਤੇ ਯਾਤਰਾਵਾਂ ਦੇ ਕਾਰਨਾਂ ਤੰਗਤੀ ਮਾਹੀਆਂ ਨੂੰ ਸਹਿਯੋਗ ਦੇਣ ਦੇ ਯੋਗ ਨੇ ਕੈਨੇਡਾ ਵਿੱਚ ਹਾਲਾਂਕਿ ਵੱਡੇ ਸ਼ਹਿਰੀ ਖੇਤਰਾਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਵਿੱਚ ਪ੍ਰਮੁੱਖ ਖਿਡਾਰੀ ਪਹਿਲਾਂ ਹੀ ਵਧੇਰੇ ਮੁਨਾਫੇ ਵਾਲੇ ਖੇਤਰਾਂ ਵਿੱਚ ਮੌਜੂਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ